ਆਲਿਆਂ ਦੀ ਇਨੀ ਮਾੜੀ ਆਦਤ ਹੁੰਦੀ ਹੈ ਨਾ ਜਨਾਨੀਆਂ ਜਿਨੇ ਮਰਜੀ ਤੌੜੀ ਲਿਆ ਕੇ ਟੰਗ ਦਿੰਨ ਪਰ ਹੱਥ ਇਹਨਾਂ ਨੇ ਪਰਦਿਆਂ ਨਾਲ ਹੀ ਪੂੰਝਣੇ ਹੁੰਦੇ ਐ ਅੱਗੇ ਤੋਂ ਮੈਂ ਆਪਣੇ ਛੱਗੇ ਨਾਲ ਪੂੰਝ ਲਿਆ ਕਰਾਂਗਾ ਸਾਰੇ ਪਰਦੇ ਖਰਾਬ ਕੀਤੇ ਤੁਸੀਂ ਹਰਜੀਤਾ ਹਾਂਜੀ ਅਮੀਰੀ ਗਰੀਬੀ ਬੰਦੇ ਤੇ ਆਉਂਦੀ ਰਹਿੰਦੀ ਐ ਪਰ ਤੂੰ ਜਿੱਦਾਂ ਕਦੀ ਕਦੀ ਦੁਖੀ ਹੋ ਕੇ ਕਹਿ ਦਿੰਦੀ ਹੁੰਨੀ ਹੈ ਨਾ ਰੱਬਾ ਮੈਨੂੰ ਚੱਕ ਲਾ ਕੁਝ ਨਹੀਂ ਰੱਖਿਆ ਇਹੋ ਜੀ ਗਰੀਬੀ ਚ ਮੈਂ ਤੈਨੂੰ ਇਹ ਦੱਸਣ ਲੱਗਾ ਹਾਂ ਵੀ ਅੱਜ ਕੱਲ ਦੇ ਮਾਹੌਲ 'ਚ ਇਹ ਲਫ਼ਜ਼ ਦੁਬਾਰਾ ਨਾ ਵਰਤੀ ਫਿਰ ਅੱਬਾ ਮੈਨੂੰ ਚੁੱਕ ਲਾ ਨਾਲ ਨਾਲ ਫਾਈਲ ਪਾਸ ਹੋਣ ਈ ਹੈ ਜਿਹੜਾ ਵੀ ਇਹ ਲਫ਼ਜ਼ ਬੋਲਦਾ ਕਾਸ਼ ਕੋਰੋਨਾ ਵੀ ਕਿਤੇ ਸਰਕਾਰੀ ਫੰਡ ਵਰਗਾ ਹੁੰਦਾ ਜਨਤਾ ਤੱਕ ਪਹੁੰਚਦਾ ਈ ਨਾ ਮੰਤਰੀਆਂ ਜੀ ਵੰਡਿਆ ਮੁੰਡਿਆਂ ਜਾਂਦਾ ਹਰਜੀਤ ਹਾਂਜੀ ਮੈਨੂੰ ਇਹ ਦੱਸ ਵੀ ਅੱਜ ਤੂੰ ਖੀਰ ਕਿੱਦਾਂ ਦੀ ਬਣਾਈ ਹਾਂ ਤੈਨੂੰ ਖੀਰ ਬਣਾਉਣੀ ਨਹੀਂ ਆਉਂਦੀ ਹੈਗੀ ਇੰਨਾ ਚਿਰ ਆਪਣੇ ਵਿਆਹ ਨੂੰ ਹੋ ਗਿਆ ਅਜੇ ਤੱਕ ਤੈਨੂੰ ਖੀਰ ਹੀ ਨਹੀਂ ਬਣਾਉਣੀ ਆਈ ਕਿੱਦਾਂ ਦੀ ਖੀਰ ਬਣਾਈ ਏ ਤੂੰ ਦੁੱਧ ਸਾਰਾ ਮੇਰੇ ਢੇਡੇ ਚ ਚਲ ਗਿਆ ਚੌਲ ਸਾਰੇ ਕਵਲੀ ਚ ਰਹਿ ਗਏ ਇਹ ਕੋ ਖੀਰ ਹੁੰਦੀ ਖਾਨ ਤੋ ਪਹਿਲਾ ਨਾ ਮਾਸਕ ਲਾ ਲੈਣਾ ਹੀ ਮਾਸਕ ਲੱਗਾ ਨੋ ਨੋ ਮੈਨੂੰ ਪਤਾ ਹੀ ਨਹੀਂ ਮੈਂ ਮਾਸਕ ਸਣੀ ਖੀਰ ਖਾ ਗਿਆ ਸੌਰੀ ਦੁੱਧ ਦੋਦੇ ਸਾਰਾ ਅੰਦਰ ਚਲ ਗਿਆ ਚੋਲ ਚੋਲ ਸਾਰੇ ਮਾਸਾ ਕੱਚੇ ਰਹਿ ਗਏ ਕਮਲੀ ਜਿ ਰਹਿ ਗਏ ਕਮਲੀ ਛੋੜ ਅਰਜੀਤ ਤੈਨੂੰ ਇੱਕ ਗੱਲ ਦੱਸਾਂ ਇੱਕ ਵਾਰੀ ਨਾ ਇੱਕ ਨਿਗਾਹ ਜਾਂ ਬੱਚਾ ਸੀ ਬੜਾ ਜਿੱਦੀ ਅੱਛਾ ਉਹਨੇ ਇੱਕ ਵਾਰੀ ਜਿੱਦ ਫੜ ਲਈ ਕਹਿੰਦਾ ਮੈਂ ਸ਼ਿਫਕਲੀ ਖਾਣੀ ਆ ਕੋੜ ਕਿਰਲੀ ਖਾਣੀ ਆ ਜੀ ਉਹਦੇ ਘਰ ਦੇ ਬੜੇ ਪਰੇਸ਼ਾਨ ਪੀ ਗੜੀ ਇਹਨੇ ਜਿੱਦ ਫੜ ਲਈ ਆ ਵੀ ਕੋੜ ਕਿਰਲੀ ਖਾਣੀ ਆ ਬੱਚਾ ਜਿੱਦ ਕਰਨੋਂ ਹਟੇ ਨਾ ਕਹਿੰਦਾ ਨਾ ਜੀ ਮੈਂ ਤਾਂ ਸ਼ਿਫਕਲੀ ਖਾਣੀ ਖਾਣੀ ਆ ਅੱਛਾ ਉਹ ਪਿੰਡ ਦੇ ਵਿੱਚ ਨਾ ਇੱਕ ਬਾਬਾ ਰਹਿੰਦਾ ਹੁੰਦਾ ਸੀ ਉਹ ਬਾਬਾ ਜਦਾਂ ਮਣਾਉਣ ਦੇ ਵਿੱਚ ਨਾ ਬੜਾ ਮਾਹਿਰ ਹੀ ਵੀ ਜਿਹੜੇ ਲੋਕ ਜਿੱਦ ਫੜ ਕੇ ਬੈਹਿੰਦੇ ਹੀ ਨਾ ਉਹਨਾਂ ਨੂੰ ਮਨਾਉਣ ਦੇ ਵਿੱਚ ਬੜਾ ਮਾਹਿਰੀ ਕਰਦੇ ਆਣੇ ਬਾਬਾ ਸਾਦ ਲਿਆਂਦਾ ਕਹਿੰਦੇ ਬਾਬਾ ਜੀ ਆਓ ਸਾਡੇ ਬੱਚੇ ਨੂੰ ਵੇਖੋ ਇਹਨੇ ਜਿੱਦ ਫੜੀ ਕਹਿੰਦਾ ਮੈਂ ਕੋੜ ਕਿਰਲੀ ਖਾਣੀ ਖਾਣੀ ਆ ਸ਼ਿਫਕਲੀ ਖਾਣੀ ਖਾਣੀ ਆ ਬਾਬਾ ਕਹਿੰਦਾ ਕੋਈ ਨਹੀਂ ਤੁਸੀਂ ਹੌਸਲਾ ਰੱਖੋ ਮੈਂ ਆਪੇ ਇਹਨੂੰ ਠੀਕ ਕਰ ਦੇਣਾ ਤੁਸੀਂ ਸ਼ਿਫਕਲੀ ਲੈ ਕੇ ਆਓ ਕਰਦੇ ਆਣੇ ਸ਼ਿਫਕਲੀ ਮਾਰੀ ਪਲੇਟ 'ਚ ਰੱਖੀ ਤੇ ਲਿਆ ਕੇ ਸਾਹਮਣੇ ਰੱਖਤੀ ਬੱਚੇ ਨੇ ਜਿੱਦ ਫੜ ਲਈ ਕਹਿੰਦਾ ਜੀ ਮੈਂ ਤਾਂ ਤਲਕੇ ਖਾਣੀ ਆ ਬਾਬਾ ਕਹਿੰਦਾ ਚਲੋ ਤਲਕੇ ਲੈ ਆਓ ਜੀ ਤਾਲ ਕੀ ਲੈਣ ਦੀ ਬੱਚੇ ਨੇ ਫੇਰ ਜिद ਫੜ ਲਈ ਕਹਿੰਦਾ ਜੀ ਮੈਂ ਤਾਂ ਅੱਧੀ ਖਾਣੀ ਆ ਬਾਬਾ ਕਹਿੰਦੇ ਚਲੋ ਕੋਈ ਨਹੀਂ ਅੱਧੀ ਕਰ ਦੋ ਜੀ ਅੱਧੀ ਕਰਤੀ ਬੱਚੇ ਨੇ ਫੇਰ ਜिद ਫੜ ਲਈ ਕਹਿੰਦਾ ਬਾਬਾ ਜੀ ਪਹਿਲਾਂ ਤੁਸੀਂ ਖਾਓਗੇ ਫੇਰ ਮੈਂ ਖਾਣੀ ਆ ਬਾਬੇ ਨੇ ਔਖੇ ਸੌਖੇ ਨੇ ਅੱਧੀ ਕੋੜ ਕੇ ਰਲੀ ਨਿਘਾਈ ਬੱਚੇ ਨੇ ਫੇਰ ਜिद ਫੜ ਲਈ ਕਹਿੰਦਾ ਬਾਬਾ ਜੀ ਆਹ ਕੀ ਕੀਤਾ ਤੁਸੀਂ ਜਿਹੜਾ ਹਿੱਸਾ ਮੈਂ ਖਾਣਾ ਸੀ ਉਹ ਤੇ ਤੁਸੀਂ ਖਾ ਗਏ ਬਾਬੇ ਨੇ ਉਥੇ ਚੁੱਕਿਆ ਆਪਣੇ ਝੋਲਾ ਜਾਂ ਤੇ ਬਾਬਾ ਪਿੱਤਰ ਹੋ ਗਿਆ ਅੱਛਾ ਤੈਨੂੰ ਇਹ ਗੱਲ ਪਤਾ ਵੀ ਉਹ ਬੱਚਾ ਹੈ ਕੌਣੀ ਕੌਣ ਹੀ ਉਹ ਨਰਿੰਦਰ ਮੋਦੀ ਜਿੱਦ ਫੜੀ ਹੋਈ ਆ ਵੀ ਮੈਂ ਦੇਸ਼ ਦਾ ਵਿਕਾਸ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਨੋ 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 ਮੈਂ ਨਾ ਵੀ ਚੰਗੇ ਟਾਈਮ ਤੇ ਇਹਨੂੰ ਰੋਕ ਦਈਏ ਨਹੀਂ ਤੇ ਇਹ ਨਾ ਹੋਏ ਵੀ ਜਿੱਦ ਪਗਾ ਕੇ ਛੱਡੇ ਕੋੜ ਕਿਰਲੀ ਖਾ ਨੂੰ ਖਾਣੀ ਪਵੇ ਮਣੀ ਜਨਤਾ ਨੂੰ ਖਾਣੀ ਪਵੇ ਕੋੜ ਕਿਰਲੀ ਹੁਣ